दिनों दिन बढ़ रही चोरी दी वारदात अजिहा मामला सामने आया पिंड संगटेसिया तो इस संबंधी जानकारी देंदे हुए भुपिंदर सिंह वाइफ ऑफ गरदारी लाल ने दसिया करीब दोपहर के 1:30 बजे की गल है। असी किसी के विआह ते गए हुए सी ते सानू फोन आया कि घर चोरी हो चुकी है। जो असी घर आए तो देखा तो 10,000 रुपए नकदी और वालियां चोरी हो चुकी हैं। असी प्रशासन तो मंग करते हाँ कि चोरों जल्द तो जल्द फड़िया जाए। ਮਤਲਬ ਕਿੰਨਾ ਕੁ ਨੁਕਸਾਨ ਹੋਇਆ ਆ, ਕਿੰਨੀ ਕੁ ਵਜੇ ਦੀ ਚੋਰੀ ਹੋਈ ਆ? 10,000 ਰੁਪਈਆ ਨਕਦੀ ਲੈ ਗਏ ਆ, ਵਾਲੀਆਂ ਲੈ ਗਏ ਮੇਰੀਆਂ, ਅਤੇ ਬਾਕੀ ਹੋਰ ਟੁੱਟੇ ਹੋਏ ਪੈਸੇ ਵੀ ਸੀਗੇ। ਬਾਕੀ ਹਜੇ ਕੋਈ ਫਰੋਲ ਫਰੋਲੀ ਕਰੂੰਗੀ ਤਾਂ ਪਤਾ ਲੱਗੂਗਾ ਵੀ ਕੀ ਲੈ ਗਏ। ਕਿੰਨੇ ਕੁ ਵਜੇ ਵਾਰਦਾਤ ਅੰਜਾਮ? 1:30 ਵਜੇ ਦੀ ਗੱਲ। ਤੁਸੀਂ ਕਿੱਥੇ ਸੀਗੇ ਉਸ ਟਾਈਮ? ਮੈਂ ਵਿਆਹ 'ਤੇ ਆ, ਵਿਆਹ ਪਿੰਡ ਦਾ ਕੰਮ ਕਰਦੀ ਹਾਂ ਮੈਂ, ਅਤੇ ਵਿਆਹ ਸੀਗਾ, ਮੈਂ ਉੱਥੇ ਸੀਗੀ ਉਹਨਾਂ ਦੇ। ਕੋਈ ਕੈਮਰੇ ਵਿੱਚ ਵੀ ਆਇਆ ਸੀ ਫੁਟੇਜ ਵਗੈਰਾ? ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਮੰਗ ਇਹੀ ਕਰਦੇ ਹਾਂ ਵੀ ਅਸੀਂ ਕਿਹੜਾ ਬਹੁਤ ਤਾਲ ਵਾਲ ਗਰੀਬ ਬੰਦੇ ਆ, ਅਸੀਂ ਸਾਡਾ ਕੋਈ ਕਮਾਊ ਤਾਂ ਹੀ ਨਹੀਂ ਗਾ, ਦੋਵੇਂ ਧੀਆਂ ਵੀ ਕਮਾਉਂਦੇ ਹਾਂ ਤਾਂ ਖਾਂਦੇ ਹਾਂ। ਕੀ ਨਾਮ ਹੈ ਤੁਹਾਡਾ? ਮਤਲਬ ਕਿੰਨਾ ਕੁ ਨੁਕਸਾਨ ਹੋਇਆ ਆ, ਕਿੰਨੀ ਕੁ ਵਜੇ ਦੀ ਚੋਰੀ ਹੋਈ ਆ? 10,000 ਰੁਪਈਆ ਨਕਦੀ ਲੈ ਗਏ ਆ, ਵਾਲੀਆਂ ਲੈ ਗਏ ਮੇਰੀਆਂ, ਅਤੇ ਬਾਕੀ ਹੋਰ ਟੁੱਟੇ ਹੋਏ ਪੈਸੇ ਵੀ ਸੀਗੇ। ਬਾਕੀ ਹਜੇ ਕੋਈ ਫਰੋਲ ਫਰੋਲੀ ਕਰੂੰਗੀ ਤਾਂ ਪਤਾ ਲੱਗੂਗਾ ਵੀ ਕੀ ਲੈ ਗਏ। ਕਿੰਨੇ ਕੁ ਵਜੇ ਵਾਰਦਾਤ ਅੰਜਾਮ? 1:30 ਵਜੇ ਦੀ ਗੱਲ। ਤੁਸੀਂ ਕਿੱਥੇ ਸੀਗੇ ਉਸ ਟਾਈਮ? ਮੈਂ ਵਿਆਹ 'ਤੇ ਆ, ਵਿਆਹ ਪਿੰਡ ਦਾ ਕੰਮ ਕਰਦੀ ਹਾਂ ਮੈਂ, ਅਤੇ ਵਿਆਹ ਸੀਗਾ, ਮੈਂ ਉੱਥੇ ਸੀਗੀ ਉਹਨਾਂ ਦੇ। ਕੋਈ ਕੈਮਰੇ ਵਿੱਚ ਵੀ ਆਇਆ ਸੀ ਫੁਟੇਜ ਵਗੈਰਾ? ਤੁਹਾਨੂੰ ਕਿੱਦਾਂ ਪਤਾ ਲੱਗਾ ਚੋਰੀ ਹੋਈ ਹੈ? ਮੈਨੂੰ ਫੋਨ ਕੀਤਾ ਇਹਨਾਂ ਨੇ, ਮੇਰੇ ਘਰ ਵਾਲੇ ਨੇ ਮੈਨੂੰ ਫੋਨ ਕੀਤਾ ਵੀ ਛੇਤੀ ਆ ਗਿਆ ਆਪਣੀ ਚੋਰੀ ਹੋ ਗਈ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਮੰਗ ਇਹੀ ਕਰਦੇ ਹਾਂ ਵੀ ਅਸੀਂ ਕਿਹੜਾ ਬਹੁਤ ਤਾਲ ਵਾਲ ਗਰੀਬ ਬੰਦੇ ਆ, ਅਸੀਂ ਸਾਡਾ ਕੋਈ ਕਮਾਊ ਤਾਂ ਹੀ ਨਹੀਂ ਗਾ, ਦੋਵੇਂ ਧੀਆਂ ਵੀ ਕਮਾਉਂਦੇ ਹਾਂ ਤਾਂ ਖਾਂਦੇ ਹਾਂ।